ਗੁੱਡ ਮਾਰਨਿੰਗ ਬੱਚੀ ਅੱਜ ਅਸੀਂ ਜਿਹੜਾ ਚੈਪਟਰ ਕੀਤਾ ਸੀ ਉਹਦਾ ਅਗਲਾ ਟਾਪਿਕ ਕਰਾਂਗੇ ਧਾਰਮਿਕ ਦਸ਼ਾ ਕਿ 16ਵੀਂ ਸਦੀ ਦੇ ਜਿਹੜਾ ਆਰੰਭ ਵਿੱਚ ਪੰਜਾਬ ਦੀ ਜਿਹੜੀ ਧਾਰਮਿਕ ਹਾਲਤ ਕਿਸ ਤਰ੍ਹਾਂ ਦੀ ਸੀ ਉਸ ਸਮੇਂ ਜਿਹੜੇ ਕਹ ਲਓ ਕਿ ਦੋ ਧਰਮ ਮੇਨਹੀਂ Hindu ਧਰਮ ਤੇ ਇੱਕ Muslim ਧਰਮ ਠੀਕ ਹੈ ਉਸ ਸਮੇਂ 16ਵੀਂ ਸਦੀ ਵਿੱਚ ਦੋ ਧਰਮ ਜਿਹੜਾ ਮਹੱਤਵਪੂਰਨ ਮੰਨੇ ਜਾਂਦੇ ਸੀ ਤੇ ਇਹਨਾਂ ਦੀ ਕਹ ਲਓ ਇਹਨਾਂ ਵਿੱਚ ਜਿਹੜਾ ਅੰਧ ਵਿਸ਼ਵਾਸ ਬਾਰੀ ਦਿਖਾਵਾ ਇਹ ਦੋਵਾਂ ਧਰਮਾਂ ਵਿੱਚ ਬਹੁਤ ਜ਼ਿਆਦਾ ਜਿਹੜਾ ਉਸ ਸਮੇਂ ਚਲੋ ਪ੍ਰਫੁੱਲਤ ਹੋ ਚੁੱਕਾ ਹੀ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਬੱਚੇ Hindu ਧਰਮ ਆਪਾਂ ਪਿਛੇ ਜਿਹੜਾ ਇੱਕ ਚੈਪਟਰ ਕੀਤਾ ਸੀ ਉਸ ਵਿੱਚ ਆਪਾਂ ਦੱਸਣ ਮੈਂ ਦੱਸਿਆ ਕਿ Hindu ਧਰਮ ਜਿਹੜਾ ਸਭ ਤੋਂ ਪ੍ਰਚੀਨ ਧਰਮ ਪੰਜਾਬ ਦਾ ਮੰਨਿਆ ਜਾਂਦਾ ਹੈ ਤੇ ਇਸ ਕਰਕੇ ਪੰਜਾਬ ਦੇ ਲੋਕ ਜਿੰਨੇ ਵੀ ਲੋਕ ਹੀ ਉਸ ਸਮੇਂ ਜ਼ਿਆਦਾ Hindu ਧਰਮ ਦੇ ਅਨਿਆਈ ਹੀ ਤੇ Hindu ਧਰਮ ਦੇ ਜਿਹੜੇ ਮੇਨ ਗ੍ਰੰਥ ਕਿਹੜੇ ਆ ਪੁਰਾਣ ਰਮਾਇਣ ਮਹਾਭਾਰਤ ਕਿ ਆ ਇਹ ਹਿੰਦੂਆਂ ਦੇ ਜਿਹੜੇ ਆ ਧਰਮ ਗ੍ਰੰਥਾ ਜਿਨ੍ਹਾਂ ਤੇ ਉਹ ਵਿਸ਼ਵਾਸ ਕਰਦੇ ਹੀ ਤੇ ਹਿੰਦੂ ਧਰਮ ਦੇ ਅੱਗੇ ਜਿਹੜੇ ਹੋਰ ਮੁੱਖ ਤਿੰਨ ਸੰਪਰਦਾਇ ਹੀ ਜਿਨ੍ਹਾਂ ਵਿੱਚ ਜਿਹੜਾ ਉਹ ਵੰਡਿਆ ਹੈ ਜਿੱਦਾਂ ਉਹ ਵੱਖ-ਵੱਖ ਜਿਹੜਾ ਕਹ ਲੋ ਆ ਆਪਣੇ ਦੇਵਤਿਆਂ ਦੀ ਜਾਂ ਦੇਵੀਆਂ ਦੀ ਜਿਹੜਾ ਪੂਜਾ ਕਰਦੇ ਹੀ ਸਭ ਤੋਂ ਪਹਿਲਾਂ ਆ ਗਏ ਬੱਚੇ ਸ਼ੈਵ ਮਤ ਸ਼ੈਵ ਮਤ ਜਿਹੜਾ ਹੀ ਸਸਤੇ ਤੋਂ ਯਾਦ ਰੱਖ ਲਿਓ ਸ਼ੈਵ ਮਤ ਵਾਲੇ ਸ਼ਿਵ ਜੀ ਦੀ ਜਿਹੜਾ ਪੂਜਾ ਕਰਦੇ ਹੀ ਜਿਹੜੇ ਇਹਦੇ ਉਹ ਨਿਆਈ ਹੀ ਜਾਇਦੇ ਜਿਹੜੇ ਭਗਤ ਹੀ ਉਹ ਸ਼ਿਵ ਜੀ ਨੂੰ ਜਿਹੜਾ ਮੰਨਦੇ ਹੀ ਤੇ ਇੰਨਾ ਨੇ ਜਿਹੜੇ ਕਈ ਜਿਹੜੇ ਸ਼ਿਵਾਲੇ ਜਿਹੜੇ ਸਥਾਪਿਤ ਕੀਤੇ ਹੀ ਤੇ ਜਿੱਥੇ ਸ਼ਿਵਲਿੰਗ ਦੀ ਜਿਹੜੀ ਪੂਜਾ ਕੀਤੀ ਜਾਂਦੀ ਆ ਤੇ ਜੋਗੀ ਜਿਹੜੇ ਹੁੰਦੇ ਹੀ ਜਿਨ੍ਹਾਂ ਨੂੰ ਗੋਰਖਪੰਥੀ ਜਾਂ ਨਾਥਪੰਥੀ ਵੀ ਕਿਹਾ ਜਾਂਦਾ ਐਵੇਂ ਸ਼ਿਵਜੀ ਦੇ ਭਗਤ ਸਨ ਦੂਸਰਾ ਹਗੇ ਬੱਚੇ ਵੈਸ਼ਨੋ ਮਤ ਤੇ ਵੈਸ਼ਨੋ ਮਤ ਵਾਲੇ ਜਿਹੜੇ ਹੀ ਉਹ ਵਿਸ਼ਨੂੰ ਨੂੰ ਜੜਾ ਵਾ ਆਪਣਾ ਜੜਾ ਕਹ ਲਓ ਦੇਵਤਾ ਮੰਨਦੇ ਹੀ ਇਹਦੇ ਜਿਹੜੇ ਭਗਤ ਹੀ ਵੈਸ਼ਨੋ ਮਤ ਵਾਲੇ ਉਹਨਾਂ ਉਹ ਵਿਸ਼ਨੂੰ ਨੂੰ ਮੰਨਦੇ ਹੀ ਦੇਵ ਆ ਉਹ ਵੇ ਤੂੰ ਯਾਦ ਰੱਖ ਲਿਓ ਵਿਸ਼ਨੂੰ ਠੀਕ ਆ ਸਸਦੇ ਸਸਤੇ ਤੋਂ ਸ਼ਿਵ ਜੀ ਤੇ ਉਹ ਵੇ ਤੋ ਵਿਸ਼ਨੂੰ ਤੇ ਇਹ ਜਿਹੜਾ ਅੱਗੇ ਜਿਹੜੇ ਵਿਸ਼ਨੂੰ ਦੇ ਜਿਹੜੇ ਅੱਗੇ ਅਵਤਾਰ ਹੋਏ ਆ ਰਾਮ ਤੇ ਕ੍ਰਿਸ਼ਨ ਠੀਕ ਆ ਉਹਨਾਂ ਦੀ ਜਿਹੜੀ ਮੂਰਤੀ ਬਣਾ ਕੇ ਜਿਹੜੀ ਪੂਜਾ ਕੀਤੀ ਜਾਂਦੀ ਹੀ ਅੱਗੇ ਅੱਗੇ ਬੱਚਾ ਤੀਸਰਾ ਸ਼ਕਤੀਮਤ ਸ਼ਕਤੀਮਤ ਵਿੱਚ ਜਿਹੜੀਆਂ ਦੇਵੀਆਂ ਨੂੰ ਜਿਹੜਾ ਵਾ ਸ਼ਕਤੀ ਦਾ ਰੂਪ ਮੰਨਿਆ ਜਾਂਦੇ ਜਿਵੇਂ ਦੁਰਗਾ ਕਾਲੀ ਉਹਦੇ ਹੋਰ ਜਿੰਨੀਆਂ ਵੀ ਜੜੀਆਂ ਦੇਵੀਆਂ ਹੋਈਆਂ ਉਹਨਾਂ ਨੂੰ ਸ਼ਕਤੀ ਦੇ ਰੂਪ ਵਿੱਚ ਜਿਹੜੀ ਇਹਦੀ ਪੂਜਾ ਕੀਤੀ ਜਾਂਦੀ ਹੀ ਦੂਸਰਾ ਹੈਗਾ ਬੱਚੇ ਧਰਮ ਇਸਲਾਮ ਧਰਮ ਠੀਕਾ ਮੁਸਲਿਮ ਧਰਮ ਜਾਂ ਇਸਲਾਮ ਧਰਮ ਕਹ ਲੋ ਤੇ ਇਹ ਜਿਹੜਾ ਹਿੰਦੂ ਧਰਮ ਤੋਂ ਜਿਹੜਾ ਸਭ ਤੋਂ ਅਗਲਾ ਮਹੱਤਵਪੂਰਨ ਧਰਮ ਕਿਹੜਾ ਹੀ ਇਸਲਾਮ ਜਿਹੜਾ ਪੰਜਾਬ ਵਿੱਚ ਬਾਅਦ ਵਿੱਚ ਵਧਿਆ ਫੁੱਲਿਆ ਤੇ ਇਸਲਾਮ ਧਰਮ ਦਾ ਜਿਹੜੀ ਸਥਾਪਨਾ ਕੀਤੀ ਉਹ ਹਜ਼ਰਤ ਮੁਹੰਮਦ ਸਾਹਿਬ ਨੇ ਕੀਤੀ ਹੀ ਮੱਕਾ ਮਦੀਨਾ ਵਿੱਚ ਤੇ ਇਸਲਾਮ ਧਰਮ ਵੀ ਅੱਗੇ ਜਿਹੜੇ ਉਹਦੇ ਅੱਗੇ ਸੰਪਰਦਾਏ ਇਹਦੇ ਵੀ ਤਿੰਨ ਸੰਪਰਦਾਏ ਹੀ ਸਭ ਤੋਂ ਪਹਿਲਾਂ ਹੈਗਾ ਬੱਚੇ ਸੁੰਨੀ ਸੁੰਨੀ ਆਪਾਂ ਜਿਹਦਾ ਕਰਦੇ ਰਹੇ ਆ ਕਿ ਜਹਾਗਿਰ ਜਿਵੇਂ ਕੱਟੜ ਸੁੰਨੀ ਮੁਸਲਮਾਨੀ ਇਹ ਬਹੁਤ ਜ਼ਿਆਦਾ ਕੱਟੜ ਹੁੰਦੇ ਜਿਹੜੇ ਸੁੰਨੀ ਹੁੰਦੇ ਨਾ ਬਹੁਤ ਜ਼ਿਆਦਾ ਕੱਟੜ ਹੁੰਦੇ ਆ ਤੇ ਸੁੰਨੀ ਜਿਹੜੇ ਮੁਸਲਮਾਨ ਹੀ ਅੱਲਾਹ ਦੀ ਇਕਤਾ ਵਿੱਚ ਵਿਸ਼ਵਾਸ ਰੱਖਦੇ ਸਿਰਫ ਇੱਕ ਅੱਲਾ ਨੂੰ ਹੀ ਮੰਨਦੇ ਜਿਵੇਂ ਹਜਰਤ ਮੁਹੰਮਦ ਸਾਹਿਬ ਆ ਉਹਨਾਂ ਨੂੰ ਹੀ ਪਹਿਲਾ ਤੇ ਆਖਰੀ ਪੈਗੰਬਰ ਮੰਨਦੇ ਇਸ ਤੋਂ ਇਲਾਵਾ ਹੋਰ ਕਿਸੇ ਵਿੱਚ ਵਿਸ਼ਵਾਸ ਨਹੀਂ ਕਰਦੇ ਹੀ ਦੂਸਰਾ ਸੰਪਰਦਾਇਕ ਬੱਚੇ ਸਿਆ ਜਿਹੜੇ ਸਿਆ ਵਾਲੇ ਹੁੰਦੇ ਹੀ ਉਹ ਹਜਰਤ ਮੁਹੰਮਦ ਤੋਂ ਇਲਾਵਾ ਜਿਹੜੇ ਬੀਬੀ ਫਾਤਿਮਾ ਹੋਈ ਆ ਠੀਕ ਆ ਉਹਦੇ ਵੰਚ ਦੇ ਜਿਹੜੇ ਅੱਗੇ 12 ਇਮਾਮ ਹੋਏ ਆ ਉਹਨਾਂ ਨੂੰ ਵੀ ਧਾਰਮਿਕ ਅਹਿਤਾਦ ਦੇ ਰੂਪ ਵਿੱਚ ਪੂਜਦੇ ਹੀ ਵੀ ਉਹਨਾਂ ਨੂੰ ਵੀ ਅੱਗੇ ਮੰਨਦੇ ਹੀ ਤੀਸਰਾ ਹੈ ਕਿ ਬੱਚੇ ਸੂਫੀ ਮਤ ਜਿਹੜਾ ਸੂਫੀ ਮਤ ਤੇ ਵੀ ਮੁਸਲਮ ਜਿਹੜਾ ਕਹਿ ਲੋ ਇਸਲਾਮਤਰਾ ਵਿੱਚੋਂ ਨਿਕਲਿਆ ਹੀ ਇਹ ਮੁਸਲਮਾਨ ਜਿਹੜੇ ਸੰਤ ਜਿਹੜੇ ਸੰਤ ਹੋਏ ਆ ਜਾਂ ਫਕੀਰ ਹੋਏ ਹੀ ਉਹਨਾਂ ਨੇ ਜਿਹੜਾ ਇਹ ਕਹਿ ਲੋ ਇੱਕ ਨਵਾਂ ਮਤ ਚਲਾਇਆ ਹੀ ਜਿਨ੍ਹਾਂ ਨੂੰ ਸੂਫੀ ਮਤ ਕਿਹਾ ਜਾਂਦਾ ਜਿਨ੍ਹਾਂ ਨੇ ਜਿੱਦਾਂ ਕਵਾਲੀਆਂ ਕਾਫੀਆਂ ਦੀ ਰਚਨਾ ਕੀਤੀ ਆ ਠੀਕ ਹੈ ਤੇ ਇਹ ਮੱਤ ਜਿਹੜੇ ਵਿਭਗਤ ਹੀ ਜਾਂ ਕਹਿ ਲਓ ਜਿਹੜੇ ਸੂਫੀ ਮੱਤ ਦੇ ਲੋਕ ਹੀ ਉਹ ਕਾਲੇ ਰੰਗ ਦੇ ਕੱਪੜੇ ਪੈਂਦੇ ਸੀ ਜਾਂ ਸੂਫ ਜਿਹਨੂੰ ਕਹ ਦਿੰਦੇ ਸੂਫ ਕੰਬਲ ਹੋ ਗਿਆ ਠੀਕ ਹੈ ਕਾਲੇ ਰੰਗ ਦਾ ਇਸ ਕਰਕੇ ਇਹਨੂੰ ਜਿਹੜਾ ਇਹਦਾ ਨਾਮ ਪੈ ਗਿਆ ਸੂਫੀ ਠੀਕ ਹੈ ਤੇ ਲਾਸਟ ਹੁਚ ਹੈਗਾ ਵਾ ਬੋਧ ਤੇ ਜੈਨ ਧਰਮ ਠੀਕ ਹੈ ਬੋਧ ਧਰਮ ਜੈਨ ਧਰਮ ਜਿਹੜਾ ਇਸ 6ਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ ਆਪਾਂ ਕੋਈ ਪਲੱਸ 1 ਚਕਾਰ ਆਏ ਆ ਇਸ 6 ਇਸਵੀ ਪੂਰਵ ਵਿੱਚ ਜਿਹੜਾ ਸ਼ੁਰੂ ਹੋਇਆ ਸੀ ਪਰ 16ਵੀਂ ਸਦੀ ਤੱਕ ਕਹਿ ਲਓ ਇਹਦੇ ਆਉਂਦਿਆਂ ਆਉਂਦਿਆਂ ਤੱਕ ਜਿੰਨੇ ਵੀ ਹਮਲਾਵਾਰ ਹੋਏ ਆ ਜਿੰਨਾ ਕਰਕੇ ਬਹੁਤ ਸਾਰੇ ਜਿਹੜੇ ਬੁੱਧ ਮੱਠ ਹੀ ਜਾਂ ਜਿਨ੍ਹਾਂ ਦੇ ਜੋ ਵੀ ਇਹਨਾਂ ਦੇ ਕਹਿ ਲਓ ਉਹ ਸਾਰੇ ਨਸ਼ਟ ਹੋ ਗਏ ਤਾਂ ਨਸ਼ਟ ਹੋਣ ਦੇ ਕਰਕੇ ਕੀ ਹੋਇਆ ਕਿ ਇਹਦੇ ਜਿਹੜੇ ਉਹ ਨਿਆਈ ਸੀ ਉਹਨਾਂ ਦੀ ਸੰਖਿਆ ਵੀ ਜੜੀ ਹੌਲੀ-ਹੌਲੀ ਘਟਨਾ ਜੜੀ ਉਹ ਸ਼ੁਰੂ ਹੋ ਗਈ ਤੇ ਜੈਨ ਧਰਮ ਬਹੁਤ ਜ਼ਿਆਦਾ ਕਟ ਹੋ ਰਹੀ ਠੀਕ ਹੈ ਆਪਾਂ ਪੜਿਆ ਹੈ ਨਾ ਕਿ ਉਹ ਅਹਿੰਸਾ ਦੇ ਅਹਿੰਸਾ ਅਹਿੰਸਾ ਦੇ ਪੁਜਾਰੀ ਹੀ ਠੀਕਾ ਮੂੰਹ ਤੇ ਪੱਟੀ ਬੰਨਦੇ ਹੀ ਤਪਸੀਆ ਕਰਦੇ ਹੀ ਤਪ ਕਰਦੇ ਹੀ ਠੀਕ ਹੈ ਜਸ ਜ਼ਿਆਦਾਤਰ ਖਟੋਰ ਹੋਣ ਕਰਕੇ ਜਿਹੜਾ ਲੋਕ ਆ ਇਹਨਾਂ ਉਹ ਜਿਹੜਾ ਲੋਕਾਂ ਨੇ ਇਹਨੂੰ ਜਿਹੜਾ ਇਹ ਧਰਮ ਨੂੰ ਵੀ ਛੱਡਣਾ ਜਿਹੜਾ ਸ਼ੁਰੂ ਕਰਤਾ ਤੇ ਪੰਜਾਬ ਤੋਂ ਬਾਹਰ ਇਹ ਜਾ ਕੇ ਜਦ ਦੋਵੇਂ ਧਰਮਾਂ ਉਹ ਗਦੇ ਫੁੱਲੇ ਤੇ ਪੰਜਾਬ ਵਿੱਚ ਹੌਲੀ ਹੌਲੀ ਇਹਨਾਂ ਦੀ ਜਿਹੜੀ ਸੰਖਿਆ ਉਹ ਕਟਣੀ ਸ਼ੁਰੂ ਹੋ ਗਈ ਠੀਕ ਹੈ ਬੱਚੇ ਥੈਂਕ ਯੂ ਤੇ ਬੱਚਿਆਂ ਦਾ ਇਹ ਚੈਪਟਰ ਜਿਹੜਾ ਇਹ ਕੰਪਲੀਟ ਹੋ ਚੁੱਕਾ ਹੈ ਲਾਸਟ ਟੌਪਿਕ ਹੀ ਠੀਕ ਹੈ ਬੱਚੇ